ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿਠਾ ਜੀ ਦੋ ਖਬਰਾਂ ਬਹੁਤ ਵੱਡੀਆਂ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਮੈਂ ਹਾਜ਼ਰ ਹੋ ਚੁੱਕਿਆ ਖਬਰਾਂ ਬੜੀਆਂ ਗਰਮ ਨੇ ਔਰ ਇਹਦੇ ਵਿੱਚ ਬੜਾ ਕੁਝ ਹੈ ਤੁਹਾਡੇ ਆਸਤੇ ਬੜੇ ਮੈਸੇਜ ਆਏ ਨੇ ਕਿ ਸਰ ਜੀ ਜਰਾ ਇਹ ਥੋੜਾ ਜਿਹਾ ਕਲੀਅਰ ਕਰਕੇ ਤੇ ਦਿਆ ਜੇ ਇਹ ਤਰੀਕੇ ਇਨਸਾਫ ਔਰ ਪੀਰਨੀ ਨੇ ਕੀ ਰੜਾ ਪਾਇਆ ਟਵਿੱਟਰ ਤੇ ਔਰ ਸੋਸ਼ਲ ਮੀਡੀਆ ਤੇ ਜ਼ਰਾ ਤੁਸੀਂ ਇਹਦੀ ਪੂਰੀ ਛਾਣਬੀਣ ਕਰਕੇ ਤੇ ਸਾਡੇ ਤੱਕ ਖਬਰ ਜਿਹੜੀ ਹੈ ਅਸਲ ਉਹ ਪਹੁੰਚਾਓ ਠੀਕ ਹੈ ਨਾ ਜੀ ਇਹ ਸਾਡਾ ਫਰਜ਼ ਹੈ ਸਿਆਸੀ ਡੇਰਾ ਦਾ ਕਿ ਤੁਹਾਡੇ ਤੱਕ ਅਸਲ ਔਰ ਅੰਦਰ ਦੀ ਖਬਰ ਅਸੀਂ ਪਹੁੰਚਾਈਏ ਜਿਸ ਤਰ੍ਹਾਂ ਹਮੇਸ਼ਾ ਹੀ ਅਸੀਂ ਤੁਹਾਡੇ ਤੱਕ ਇਹ ਖਬਰਾਂ ਪਹੁੰਚਾਈਆਂ ਦੀਆਂ ਨੇ ਜਿੱਥੇ ਤੁਹਾਨੂੰ ਸਮਝ ਨਹੀਂ ਆਂਦੀ ਉੱਥੋਂ ਫਿਰ ਤੁਹਾਨੂੰ ਅਸੀਂ ਕੱਢੀਦਾ ਕਿ ਇਹ ਗੱਲ ਇਹ ਤੇ ਇਹ ਬਾਤ ਠੀਕ ਨਾ ਜੀ ਤੇ ਦੋ ਖਬਰਾਂ ਨੇ ਜਨਾਬ ਪਹਿਲੀ ਖਬਰੇ ਬਲਕਿ ਖਬਰਾਂ ਮੈਂ ਪਹਿਲੇ ਤੁਹਾਨੂੰ ਦੱਸ ਦਿਆਂ ਪੀਰਨੀ ਦੇ ਮੁੰਡੇ ਜਿਹੜੇ ਨੇ ਉਹਨਾਂ ਦੀਆਂ ਬੜੀਆਂ ਮਹਿੰਗੀਆਂ ਗੱਡੀਆਂ ਜਿਹੜੀਆਂ ਨੇ ਨਾ ਉਹ ਫੜੀਆਂ ਗਈਆਂ ਹੁਣ ਪੀਰਨੀ ਦੇ ਮੁੰਡਿਆਂ ਦਾ ਤੁਹਾਨੂੰ ਪਤਾ ਨਾ ਇਹ ਉਹੀ ਨਹੀਂ ਮੁੰਡੇ ਜਿਨ੍ਹਾਂ ਨੇ ਜਦੋਂ ਪੀਰਨੀ ਦਾ ਚੁਲਾ ਹੋਇਆ ਸੀ ਨਿਆਜ਼ੀ ਨਾਲ ਜਦੋਂ ਕੰਟਰੈਕਟ ਹੋਇਆ ਸੀ ਜਦੋਂ ਉਹਨਾਂ ਲਿਖਤ ਪੜਤ ਕੀਤੀ ਸੀ ਆਪਸ ਦੇ ਵਿੱਚ ਹਾਲਾਂਕਿ ਅਸੀਂ ਅੱਜ ਵੀ ਆਨੇ ਆ ਬੇ ਸਾਰਾ ਧੰਦਾ ਜੈਲੀ ਆ ਪੀਰਨੀ ਜਿਹੜੀ ਆ ਉਹ ਉਹਦੀ ਬੀਬੀ ਆ ਜਿਹਦੀ ਉਹ ਹੈ ਸੀ ਲੇਕਿਨ ਜ਼ਹਿਰੀ ਗੱਲ ਇਹ ਉਹ ਟੂਨੇ ਦਾ ਔਰ ਜਾਦੂਆਂ ਦਾ ਔਰੋ ਅਸਰ ਹੀ ਐਸਾ ਹੋ ਚੁੱਕਿਆ ਸੀ ਕਿ ਆਸੀ ਕਿ ਉਹ ਕਰਨਾ ਜ਼ਰੂਰੀ ਸੀ ਤੇ ਉਦੋਂ ਯਾਦ ਹੈ ਉਹਦੇ ਮੁੰਡੇ ਏ ਆਰਵਾਈ ਤੇ ਆ ਕੇ ਕਹਿੰਦੇ ਨੇ ਕਿ ਸਾਡੀ ਮਾਂ ਤੇ ਵਿਆਹ ਕੀਤਾ ਹੀ ਨਹੀਂ ਇਹ ਮੀਡੀਆ ਐਵੇਂ ਝੂਠ ਬੋਲਦਾ ਪਿਆ ਠੀਕ ਹੈ ਨਾ ਜੀ ਉਹ ਜਨਾਬ ਇਹ ਪੀਰਨੀ ਦੇ ਜਿਹੜੇ ਮੁੰਡੇ ਨੇ ਨਾ ਇਹਨਾਂ ਦੀਆਂ ਬੜੀਆਂ ਮਹਿੰਗੀਆਂ ਗੱਡੀਆਂ ਜਿਹੜੀਆਂ ਨੇ ਨਾ ਉਹ ਫੜੀਆਂ ਗਈਆਂ ਜ਼ਹਿਰੀ ਗੱਲ ਫੜਦੇ ਕੌਣ ਨੇ ਕਸਟਮ ਵਾਲੇ ਔਰ ਜਿਨ੍ਹਾਂ ਦਾ ਕਸਟਮ ਨਹੀਂ ਪੇ ਕੀਤਾ ਹੁੰਦਾ ਆਹ ਬਾਰੋਂ ਅਗਰ 10 ਕਰੋੜ ਦੀ ਗੱਡੀ ਆਂਦੀ ਏ ਤੇ ਧਰੀ ਗੱਲ ਇਹ ਕਿ ਦੋ ਤਿੰਨ ਕਰੋੜ ਤੇ ਉਹਦਾ ਕਸਟਮ ਮੰਦਾ ਨਾ ਉਹ ਨਹੀਂ ਜਮਾ ਕਰਾਇਆ ਤੇ ਗੱਡੀਆਂ ਵੀ ਕੁਝ ਦੋ ਦਰਜਨਾ ਨੇ ਇਹ ਹੋਣ ਹੋ ਗਈ ਪਹਿਲੀ ਖਬਰ ਦੂਸਰੀ ਖਬਰ ਇਹ ਕਿ ਜੁਨੈਦ ਸਫਤਰ ਮਰੀਮ ਨਵਾਜ਼ ਦਾ ਸਾਬਜ਼ਾਦਾ ਉਹ ਹੋ ਜਾਂਦਾ ਹੈ ਗ੍ਰਿਫਤਾਰ ਬਕੌਲ ਮਾਈ ਪੀਰਨੀ ਇਹਨਾਂ ਦੋ ਖਬਰਾਂ ਦੇ ਉੱਤੇ ਅਸਾਂ ਅੱਜ ਪੂਰੀ ਛਾਣ ਫਟਕ ਕੀਤੀ ਹੈ ਖਬਰਾਂ ਇੱਕ ਕੁੱਚਾ ਵੀ ਘੰਟੇ ਪੁਰਾਣੀਆਂ ਨੇ لیکن ਅਸੀਂ ਜਿੰਨੀ ਦੇਰ ਤੱਕ ਆਪਣੀ ਛਾਂ ਫਟਕਣਾ ਕਰ ਲਈਏ ਉਨੀ ਦੇਰ ਤੱਕ ਅਸੀਂ ਖਬਰ ਨੂੰ ਬਾਹਰ ਨਹੀਂ ਕੱਢਦੇ ਕਿਉਂਕਿ ਅੱਛਾ ਨਹੀਂ ਲੱਗਦਾ ਠੀਕ ਹੈ ਨਾ ਹੁਣ ਅਸੀਂ ਪੂਰੀ ਇਹਦੀ ਮਾਂਝ ਵੀ ਕੱਢਾਂਗੇ ਤੇ ਪੂਰੀ ਵਿਛਾਵਾਂਗੇ ਵੀ ਤੇ ਯੂਥੀਆ ਹੁਣ ਜ਼ਰਾ ਅੱਗੇ ਅੱਗੇ ਆ ਜਾ ਕਿਉਂਕਿ ਗੇਮ ਹੁਣ ਇੱਥੇ ਪਖਣੀ ਹੈ ਤੇ ਜਿੰਨੇ ਵੀ ਤੁਸੀਂ ਮਿੱਠੇ ਫੇਸਬੁੱਕ ਤੇ ਵੰਦੇ ਹੋ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਇਹ ਵੀਡੀਓ ਦੇ ਥੱਲੇ ਸਟਾਰ ਦਾ ਬਟਨ ਤੁਹਾਨੂੰ ਨਜ਼ਰ ਆ ਰਿਹਾ ਉਹਨੂੰ ਦਬਾ ਕੇ ਤੇ ਸਟਾਰ ਜਿਹੜੇ ਨੇ ਉਹ ਸੈਂਡ ਕਰਿਆ ਕਰੋ ਕਿਹੜਾ ਕੋ ਤੁਹਾਡੇ ਉਹਦੇ ਤੇ ਕੋਈ ਏਡੀ ਕੋ ਕੀਮਤ ਲਗਣੀ ਹੈ 75 स्टार ਜਿਹੜਾ ਉਹ ਹਰ ਬੰਦਾ ਫ੍ਰੀ ਸੈਂਡ ਕਰ ਸਕਦਾ ਜਿਹੜੇ ਵੀ ਤੁਸੀਂ ਇਹ ਵੀਡੀਓ ਵੇਖੋ Facebook ਤੇ ਬਟਨ ਦਬਾ ਕੇ स्टार ਦਾ 75 स्टार ਜਿਹੜੇ ਨੇ ਉਹ ਮੁਫਤ ਜਿਹੜਾ ਤੁਸੀਂ ਸਾਨੂੰ ਸੈਂਡ ਕਰ ਸਕਦੇ ਠੀਕ ਹੈ ਨਾ ਜੀ ਤੇ ਜਿਹੜੇ ਮਿੱਠੇ YouTube ਤੇ ਵੰਦੇ ਨੇ ਉਹ ਲੈਪਟਾਪ ਤੇ ਜਾ ਕੇ ਸਾਡੇ ਚੈਨਲ ਦੇ ਉੱਤੇ ਜਾਈਨ ਦਾ ਬਟਨ ਦਬਾਓ ਤੇ ਉੱਥੇ ਮੈਂਬਰਸ਼ਿਪ ਜਿਹੜੀ ਹੈ ਉਹ ਹਾਸਲ ਕਰ ਲਓ ਇੰਨਾ ਕੁ ਤੁਸੀਂ ਕਰ ਸਕਦੇ ਕੋਈ ਨਹੀਂ ਮਿੱਠਾ ਜੀ ਅੱਛਾ ਜੀ ਖਬਰ ਤੇ ਆ ਜਾਣੇ ਆ ਪੀਰਨੀ ਦੇ ਮੁੰਡਿਆਂ ਦੀਆਂ ਮਹਿੰਗੀਆਂ ਗੱਡੀਆਂ ਫੜੀਆਂ ਗਈਆਂ ਤੇ ਜੁਨੇਦ ਖਬਦਰ ਦੀ ਗ੍ਰਿਫਤਾਰੀ ਬਕੌਲ ਮਾਈ ਪੀਰਨੀ ਹੁੰਦਾ ਇੰਜ ਕੋਈ 24 48 ਘੰਟੇ ਪਹਿਲੇ ਮੈਨੂੰ ਕੋਈ ਤਸਵੀਰਾਂ ਆndੀਆਂ ਕਿਸੇ ਵੱਡੇ ਅਫਸਰ ਵੱਲੋਂ ਔਰ ਕੋਈ ਖਬਰ ਆndੀ ਉਹਨੇ ਕਿਹਾ ਚੱਠਾ ਸਾਹਿਬ ਐ ਅਸਾਂ ਐ 10 12 ਗੱਡੀਆਂ ਫੜਲੀਆਂ ਤੇ ਅਰਬਾਂ ਰੁਪਏ ਦੇ ਵਿੱਚ ਇਹਨਾਂ ਦੀ ਕੀਮਤ ਤੇ ਇਹ ਹੁਣ ਗੇਮ ਜਿਹੜੀ ਐ ਪਾਖਣੀ ਜੇ ਤੇ ਤੁਸੀਂ ਖਬਰ ਚਲਾ ਦਿਓ ਮੈਂ ਕਿਹਾ ਜਦੋਂ ਤੁਸੀਂ ਕਿਸੇ ਅਖਬਾਰ 'ਚ ਜਾਏਗੀ ਜਾਂ ਸੱਜੇ ਖਬਰ ਜਾਏਗੀ ਜਦੋਂ ਗੱਰੀ ਗੱਲ ਹੈ ਜਦੋਂ ਮੁਸਲਮ لیگ ਨੂਨ ਵਾਲੇ ਜਿਹੜੇ ਮੀਡੀਆ ਸੈੱਲ ਨੇ ਉਸ ਗੱਲ ਨੂੰ ਬਾਹਰ ਲੈ ਕੇ ਆਂਦੇ ਅਖਬਾਰ ਤੇ ਆਏਗੀ ਟੀਵੀ ਤੇ ਆਏਗੀ ਤਬਸਰੇ ਹੋਣਗੇ ਤੇ ਫਿਰ ਹੀ ਅਸੀਂ ਛਾਂਣ ਫਟਕ ਕਰਕੇ ਅਗਾਂ ਗੇਮ ਤੋਰਾਂਗੇ ਨਾ ਜੀ ਉਹ ਖੈਰ ਮੈਂ ਨਾ ਥੋੜੀ ਜੀ ਆਈ ਗਈ ਕਰ ਗਿਆ ਮੈਂ ਕਿਹਾ ਇੰਤਜ਼ਾਰ ਫਰਮਾਈਏ ਹਜੇ ਅਸੀਂ ਵੀਡੀਓ ਨਹੀਂ ਬਣਾਣੀ ਇਹਦਾ ਪਹਿਲੇ ਰੱਦੇ ਅਮਲ ਤੇ ਵੇਖ ਲਈਏ ਬਈ ਇਹ ਗੱਡੀਆਂ ਦੇ ਫੜੀਆਂ ਗਈਆਂ ਇਹ ਨਹੀਂ ਹੋ ਸਕਦਾ ਬਈ ਇਹ ਗੱਡੀਆਂ ਦੇ ਫੜੇ ਜਾਣ ਤੋਂ ਬਾਅਦ ਪੀਰਨੀ ਜਿਹੜੀ ਆ ਉਹ ਮਰੀਮ ਨਵਾਜ਼ ਦੇ ਖਿਲਾਫ ਮੁਹਮਨਾ ਸ਼ੁਰੂ ਕਰੇ ਕਿਉਂਕਿ ਸਾਹ ਤੇ ਪਤਾ ਹੁੰਦਾ ਨਾ ਵੈ ਹੁਣ ਅੱਗੋ ਗੇਮ ਕੀ ਪਖਣੀ ਹੈ ਉਹ ਜਨਾਬ ਟਵਿੱਟਰ ਤੇ ਸੀ ਬਹਿਗ ਮੁੰਡਿਆਂ ਦੀ ਮੈਂ ਡਿਊਟੀ ਲਾਤੀ ਮੈਂ ਕਿਹਾ ਵੇ ਧਿਆਨ ਰੱਖਿਆ ਜੇ ਮਰੀਮ ਨਵਾਜ਼ ਦੇ ਬਾਰੇ ਕੋਈ ਟ੍ਰੈਂਡ ਚੱਲਣਾ ਹੈ ਇਹਦੇ ਤੇ ਤੁਸੀਂ ਖਿਆਲ ਰੱਖਣਾ ਉਹਨਾਂ ਨੇ ਕਿਹਾ ਜੀ ਖਿਆਲ ਹੈ ਮੈਂ ਕਿਹਾ ਦੱਸਾਂਗਾ ਉਹ ਜਨਾਬ ਕੋ 2 4 5 ਘੰਟੇ ਲੱਗਦੇ ਰਗਾ ਤੇ ਗੇਮ ਜਿਹੜੀ ਹੈ ਉਹ ਸ਼ੁਰੂ ਹੋ ਗਈ ਗੇਮ ਸ਼ੁਰੂ ਕਿਸ ਕੀਤੀ ਇੱਕ ਜ਼ਫਰ ਹਲਾਲੀ ਨਾਮੀ ਬੁੱਢਾ ਬੰਦਾ ਕੋਈ 100 ਸਵਾ ਸਾਲ ਉਹਦੀ ਉਮਰ ਹੈ ਉਹ ਟੀਵੀ ਦੇ ਉੱਤੇ ਨਾ ਇਹ ਪਿਛਲੇ 10 ਸਾਲ ਤੋਂ ਤਰੀਕੇ ਇਨਸਾਫ ਦਾ ਉਹ ਤਰਜਮਾਨ ਬਣਿਆ ਹੈ ਔਰ ਇੱਕ ਕਾਦਿਆਉੜਾ ਔਰ ਇਹ ਪਾਕਿਸਤਾਨ ਦਾ سفیر ਵੀ ਰਹਿ ਚੁਕਿਆ ਮੁxtਲਫ ਮੁਲਕਾਂ 'ਚ ਜਰਾ ਧਿਆਨ ਕਰ ਧਿਆਨ ਇੱਥੇ ਯੂਥੀਆਂ مزید ਅੱਗੇ ਆ ਜਾਏ ਕਾਦਿਆਉੜਾ ਜ਼ਫਰ ਹਲਾਲੀ ਔਰ ਇਹ ਕਈ ਮੁਲਕਾਂ ਦਾ سفیر ਵੀ ਰਹਿ ਚੁਕਿਆ ਜੇ ਹੁਣ ਸਾਹਬ ਲੋ ਜਿਨ੍ਹਾਂ ਮੁਲਕਾਂ ਦੇ ਵਿੱਚ ਇਹ سفیر ਰਿਹਾ ਸੀ ਪਾਕਿਸਤਾਨ ਦਾ ਉੱਥੇ ਨੇ ਕਿੰਨਾ ਕੁ ਵੇਚਿਆ ਹੋਣਾ ਪਾਕਿਸਤਾਨ ਨੂੰ ਇਸ ਜ਼ਫਰ ਹਲਾਲੀ ਨੇ ਨਾਮ ਦੇ ਅੱਗੇ ਚੈੱਕ ਕਰੋ ਹਲਾਲੀ ਹਲਾਲੀ ਵੀ ਉਹ ਨਹੀਂ ਜਿਹੜਾ ਅਸਲ ਹਲਾਲ ਹੁੰਦਾ ਦੂਜਾ ਹਲਾਲੀ ਠੀਕ ਹੈ ਨਾ ਜੀ ਇਹਨੇ ਟਵਿੱਟਰ ਦੇ ਉੱਤੇ ਨਾਲ ਇੱਕ ਖਬਰ ਚਾੜ ਦਿੱਤੀ ਆਪਣੇ ਵੱਲੋਂ ਬਣਾ ਕੇ ਕਿ ਮਰੀਮ ਨਵਾਜ਼ ਦਾ ਸੈਬਜ਼ਾਦਾ ਜਿਹੜਾ ਨਾ ਉਹ ਲੰਡਨ ਦੇ ਵਿੱਚ ਜੈਲੀ ਡਿਗਰੀ ਦੇ ਵਿੱਚ ਫੜਿਆ ਗਿਆ ਔਰ ਜਿਹੜੀਆਂ ਨਾਲ ਤਸਵੀਰਾਂ ਲਾਈਆਂ ਉਹ ਤਸਵੀਰਾਂ ਤੇ ਉਹ ਵੀਡੀਓ ਜਿਹੜੀ ਹੈ ਉਹ 3 ਸਾਲ ਪੁਰਾਣੀ ਸੀ ਉਹ ਕੋ ਗੱਲ ਬਾਤ ਚ ਕਰਨੇ ਹੁਣ ਜੁਨੇਦ ਸਫਦਰ ਜਿਹੜਾ ਉਹਨੇ ਗ੍ਰੈਜੂਏਸ਼ਨ ਕੀਤੀ ਹੈ ਕੈਂਬਰੇਜ ਯੂਨੀਵਰਸਿਟੀ ਦੇ ਵਿੱਚੋਂ ਹੁਣ ਯੂਥੀਆਂ ਨੂੰ ਕੈਂਬਰੇਜ ਦੇ ਸਪੈਲਿੰਗ ਵੀ ਨਹੀਂ ਆਂਦੇ ਦੁਨੀਆਂ ਦੀਆਂ ਜਿਹੜੀਆਂ ਦੋ ਚਾਰ ਟਾਪ ਯੂਨੀਵਰਸਿਟੀਆਂ ਨੇ ਉਹਦੇ ਵਿੱਚੋਂ ਉਹਨੇ ਗ੍ਰੈਜੂਏਸ਼ਨ ਕੀਤੀ ਹੈ ਔਰ ਕੈਂਬਰੇਜ ਯੂਨੀਵਰਸਿਟੀ ਦੀ ਪੋਲੋ ਦੀ ਜਿਹੜੀ ਟੀਮ ਹੈ ਉਹਦਾ ਕਪਤਾਨ ਹੈ ਔਰ ਉਹਨਾਂ ਨੂੰ ਉਹਨੇ ਕੱਪ ਵੀ ਜਿਤਾ ਕੇ ਦਿੱਤਾ ਔਰ ਕਈ ਅਵਾਰਡ ਵੀ ਮਿਲ ਚੁਕੇ ਨੇ ਗੱਲ ਸਮਝ ਆ ਗਈ ਨਾ ਹੁਣ ਇਹਨਾਂ ਨੂੰ ਕੀ ਪਤਾ ਕੈਮਰਿਜ ਕਾਦੇ ਨਾਲ ਖਾਈਦੀ ਏ ਠੀਕ ਹੈ ਨਾ ਇਹ ਇਹ ਸਮਝਦੇ ਕੋਈ ਸਬਜ਼ੀ ਹੈ ਕੈਮਰਿਜ ਕਿਸੇ ਸਬਜ਼ੀ ਦਾ ਨਾਮ ਹੈ ਯੂ.ਟੀ.ਆਈ ਸਮਝਦਾ ਖਾਸ ਤੌਰ ਤੇ ਕਾਦੇ ਔੜਾ ਜਿਹੜਾ ਠੀਕ ਉਹ ਜਨਾਬ ਇਹਨੇ ਨਾ ਵੀਡੀਓ ਚਾਲੀ ਉਹਨੂੰ ਵੀਡੀਓ ਜਿਹੜੀ ਹੈ ਉਹ 2019 20 ਦੀਏ ਜਦੋਂ ਨਵਾਜ਼ ਸ਼ਰੀਫ ਸਾਹਿਬ ਅਦਾਲਤ ਦੇ ਜ਼ਰੀਏ ਬਰਤਾਨੀਆਂ ਆਉਂਦੇ ਨੇ ਇਲਾਜ ਕਰਾਣ ਔਰ ਉੱਥੇ ਫਿਰ ਜਿਹੜੇ ਲੰਡਨ ਦੇ ਕਾਦੇ ਔੜੇ ਨੇ ਇਹ ਉੱਥੇ ਮੁਜ਼ਾਹਰੇ ਨਾ ਸ਼ੁਰੂ ਕਰ ਦਿੱਤੇ ਹਮਲੇ ਸ਼ੁਰੂ ਕਰ ਦਿੱਤੇ ਦਰਵਾਜ਼ੇ ਤੋੜਨੇ ਸ਼ੁਰੂ ਕਰ ਦਿੱਤੇ ਔਰ ਉਹ ਫਿਰ ਇੱਕ ਦਿਨ ਇਹ ਜੁਨੇਦ ਸਫਦਰ ਔਰ ਜਿਹੜਾ ਆਪਣਾ ਮੇਰੇ ਖਿਆਲ ਨਾਲ ਦੂਸਰਾ ਜਿਹੜਾ ਬੱਚਾ ਹੈ ਹੁਸੈਨ ਨਵਾਜ਼ ਦਾ ਉਹਦਾ ਮੇਰੇ ਖਿਆਲ ਨਾਲ ਨਾਮ ਜ਼ਾਹਿਦ ਜਾਂ ਜ਼ਾਇਦ ਹੈ ਉਹਨਾਂ ਰਲ ਕੇ ਨਾ ਇੱਕ ਚੌ ਪੰਜਾਂ ਕਦੇੜਿਆਂ ਨੂੰ ਜਿਹੜੇ ਇਹਨਾਂ ਦੇ ਦਰਵਾਜ਼ਿਆਂ ਨੂੰ ਲੱਤਾਂ ਮਾਰ ਰਹੇ ਸੀ ਇਹਨਾਂ ਦੀ ਫੈਂਟੀ ਲਾਈ 2020 ਦੀ ਗੱਲ ਹੈ ਜੁਨੇਦ ਸਫਦਰ ਨੇ ਤੇ ਉਹ ਜ਼ਾਇਦ ਨੇ ਜਿਹੜਾ ਹੁਸੈਨ ਨਵਾਜ਼ ਦਾ ਮੁੰਡਾ ਹੈ ਉਹਨਾਂ ਰਲ ਕੇ ਇਹ ਪੰਜ ਸੱਤ ਕਦੇੜੇ ਉੱਥੇ ਆਏ ਸੀ ਇਹਨਾਂ ਦੀ ਉਹਨੇ ਫੈਂਟੀ ਲਾਈ ਉਹ ਜਾਨ ਛੱਡ ਦਿਓ ਸਾਡੀ ਕੀ ਕੱਢੂ ਉਹ ਉਹ ਜਨਾਬ ਪੁਲਿਸ ਆ ਜਾਂਦੀ ਪੁਲਿਸ ਜਿਹੜੀ ਉਹ ਜੁਨੇਦ ਸਫਦਰ ਨੂੰ ਵੀ ਉਹਨੇ ਫੜ ਲਿਆ ਤੇ ਜਿਹੜੇ ਉਹ ਕਦਿਆੜੇ ਆਏ ਸੀ ਉੱਥੇ ਲੱਤਾਂ ਮਾਰ ਕੇ ਦਰਵਾਜ਼ੇ पे ਤੋੜਦੇ ਸੀ ਉਹਨਾਂ ਨੂੰ ਵੀ ਉਹਨੇ ਫੜ ਲਿਆ ਫੜ ਕੇ ਥਾਣੇ ਲੈ ਜਾਂਦੇ ਨੇ ਦੂ ਘੰਟਿਆਂ ਬਾਅਦ ਉਹਨਾਂ ਨੇ ਛੱਡ ਦਿੱਤਾ ਵੀ ਜਾਓ ਜੀ ਠੀਕ ਐ ਅੱਗੋਂ ਵਾਸਤੇ ਤੁਸੀਂ ਇਹ ਲੜਾਈ ਚੱਕਦੇ ਨਹੀਂ ਕਰਨੇ ਐਸੀ ਉਹ ਖਬਰ ਤੇ ਐਸੀ ਉਹ ਵੀਡੀਓ ਹੁਣ ਇਹਨੂੰ ਜੱਲੀ ਡਿਗਰੀ ਨਾਲ ਕਿਉਂ ਜੋੜਿਆ ਗਿਆ ਹੁਣ ਇਸ ਖਬਰ ਤੇ ਆ ਜਾਣੀ ਆ ਮੈਂ ਪੀਰਨੀ ਦੇ ਮੁੰਡਿਆਂ ਦੀਆਂ ਗੱਡੀਆਂ ਫੜੀਆਂ ਗਈਆਂ ਬੜੀ ਵੱਡੀ ਖਬਰ ਆ ਇਹ ਅਖਬਾਰਾਂ ਵਾਲੇ ਜਿਹੜੇ ਨੇ ਨਾ ਉਹ ਅਜੇ ਸ਼ਰਮਾਂਦੇ ਨੇ ਪਾਏ ਖਬਰ ਬਾਾਰ ਕੱਢਣ ਨੂੰ ਲੇਕਿਨ ਸਿਆਸੀ ਜਿਹੜਾ ਨੇ ਆਪਣੀ ਤਹਿਕੀਕਾਤ ਕਰਕੇ ਐ ਟੌਪ ਦਿੱਤੀ ਜੇ ਦੋ ਦਰਜਨਾ ਗੱਡੀਆਂ ਨੇ ਮਹਿੰਗੀਆਂ ਤਰੀਨ ਬੈਂਟਲੇ ਤੇ ਪਤਾ ਨਹੀਂ ਮਸਦੀਦ ਦੀਆਂ ਜੀਪਾਂ ਤੇ ਕਿਹੜੀ ਕਿਹੜੀ ਕੋਈ ਮਤਲਬ ਨਹੀਂ ਅਜੀਬੋ ਗਰੀਬ ਕਿਸਮ ਦੀਆਂ ਜਿਹੜੀਆਂ ਮਹਿੰਗੀਆਂ ਗੱਡੀਆਂ ਨੇ ਨਾ 10-10 ਕਰੋੜ ਦੀਆਂ 15-15 ਕਰੋੜ ਦੀਆਂ ਇਹ ਇਹਨਾਂ ਮਗਾਈਆਂ ਜਦੋਂ ਇਹਨਾਂ ਦਾ ਪਿਓ ਜਿਹੜਾ ਨਾ ਨਿਆਜ਼ੀ ਉਹ ਵਜ਼ੀਰ-ਏ-ਆਜ਼ਮ ਸੀ ਜਿਹੜੀ ਗੱਲ ਉਹ ਤੋਂ ਕਸਟਮ ਕਿੰਨੇ ਪੁੱਛਣਾ ਸੀ ਕਿਸੇ ਦੀ ਕੀ ਜ਼ਰੂਰਤ ਉਹ ਕਸਟਮ ਪੁੱਛੇ ਉਹ ਕਸਟਮ ਨਾ ਕਿਸੇ ਦਿੱਤਾ ਨਾ ਕਿਸੇ ਪੁੱਛਿਆ ਗੱਡੀਆਂ ਜਿਹੜੀਆਂ ਨੇ ਆ ਗਈਆਂ ਉਹਨਾਂ ਤੇ ਇਹਨਾਂ ਨੇ ਸਫ਼ਰ ਸ਼ੁਰੂ ਕਰ ਦਿੱਤੇ ਕਦੀ ਕੋਈ ਗੱਡੀ ਲੈ ਕੇ ਨਿਕਲ ਰਾਇਆ ਕਦੀ ਫਲਾਣੀ ਨਿਕਲ ਰਾਇਆ ਨੰਬਰ ਸ਼ੰਬਰ ਵੀ ਲਵਾ ਲਿਆ ਉਹ ਸਾਰੀ ਗੱਲ ਹੈ ਪਿਓ ਦੀ ਹਕੂਮਤ ਕਿੰਨੇ ਦੇਖਣਾ ਉਹ ਹੁਣ ਜਦੋਂ ਫਿਰ ਇਹ ਗੇਮ ਜਿਹੜੀ ਹੈ ਪਖੀਏ ਤੇ ਕਸਟਮ ਵਾਲਿਆਂ ਫਿਰ ਪੁਰਾਣਾ ਸਿਸਟਮ ਕੱਢ ਕੇ ਤੇ ਉਹ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਔਰ ਕਹਿਣ ਵਾਲੇ ਕਹਿੰਦੇ ਨੇ ਕਿ ਕੰਮਸ ਕੰਮ ਹੀ 1 ਅਰਬ ਰੁਪਏ ਤੋਂ ਜ਼ਿਆਦਾ ਉਹਨਾਂ ਦਾ ਕਸਟਮ ਬਣਦਾ ਜਿਹੜੀਆਂ ਗੱਡੀਆਂ ਉਹਨਾਂ ਫੜੀਆਂ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਮਾਈ ਜਿਹੜੀ ਹੈ ਉਹ ਦੁਬਈ 'ਚ ਬੈਠੀ ਹੈ ਗੋਗੀ ਦੇ ਨਾਲ 15000 ਅਰਬ ਰੁਪਈਆ ਪਾਕਿਸਤਾਨ ਦੇ ਗਰੀਬ ਲੋਕਾਂ ਦਾ ਇਹਨੇ ਚੋਰੀ ਕਰਕੇ ਦੁਬਈ ਬੈਠੀ ਹੈ ਔਰ ਉੱਥੇ ਆਯਾਸ਼ੀ ਕਰ ਰਹੀ ਹੈ ਇੰਡੀਆ ਇਸਰਾਈਲ ਔਰ ਦੁਬਈ ਔਰ ਬਰਤਾਨੀਆਂ ਦੇ ਜਿਹੜੇ ਇਹਨਾਂ ਦੇ ਮੀਡੀਆ ਸੈੱਲ ਨੇ ਉਹਨਾਂ ਦੇ ਜ਼ਰੀਏ ਇਹਨਾਂ ਫਿਰ ਇੱਕ ਕੈਂਪੇਨ ਚਲਾਈ ਕਿ ਇਸ ਤੋਂ ਪਹਿਲੇ ਕਿ ਮਾਈ ਦੀ ਦੇ ਮੁੰਡਿਆਂ ਦੀਆਂ ਗੱਡੀਆਂ ਦੀ ਖਬਰ ਮੀਡੀਆ ਦੇ ਵਿੱਚ ਪੂਤੇ ਤੁਸੀਂ ਮਰੀਮ ਨਵਾਜ਼ ਦੇ ਮੁੰਡੇ ਨੂੰ ਕਹਿ ਦਿਓ ਉਹਨੇ ਕੈਂਬਰਿਜ ਯੂਨੀਵਰਸਿਟੀ ਤੋਂ ਜੈਲੀ ਡਿਗਰੀ ਲਈ ਔਰ ਫੜਿਆ ਗਿਆ ਉਹ ਅਸੀਂ ਟੈਲੀਫੋਨ ਕੀਤਾ ਲੰਦਰ ਮੈਂ ਕਿਹਾ ਜੀ ਜੁਨੈਦ ਸਾਹਿਬ ਕਿੱਥੇ ਨੇ ਉਹਨੇ ਕਿਹਾ ਜੀ ਹਿਸਾਬ ਆ ਬੈਠੇ ਨੇ ਤੇ ਮੈਂ ਕਿਹਾ ਜ਼ਫਰ ਲਾਲੀ ਜਿਹੜਾ ਨੇ ਟਵੀਟ ਕੀਤਾ ਉਹਨੇ ਕਿਹਾ ਜੀ ਕਰਨ ਤੇ ਫਿਰ ਕੀ ਮਤਲਬ ਸਬਰ ਚੈੱਕ ਕਰੋ ਤੁਸੀਂ ਬੰਦਿਆਂ ਦਾ ਇਹ ਜਨਾਬ ਉਹ ਖਬਰਾਂ ਸੀ ਜਿਹੜੀਆਂ ਲੋਕੀ ਪੁੱਛ ਰਹੇ ਸੀ ਕਿ ਇਹਦੇ ਬਾਰੇ ਸਾਨੂੰ ਦੱਸੋ ਪੀਰਨੀ ਦੇ ਮੁੰਡਿਆਂ ਦੀਆਂ ਦੋ ਦਰਜਨਾ ਮਹਿੰਗੀ ਤਰੀਨ ਗੱਡੀਆਂ ਫੜੀਆਂ ਗਈਆਂ ਉਹਨਾਂ ਦਾ ਤਕਰੀਬਨ 1 ਅਰਬ ਰੁਪਇਆ ਉਹਦੇ ਤੇ ਬੰਦਾ ਕਸਟਮ ਹੋਣ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਨੇ ਪਿਓ ਪੁੱਤਰਾਂ ਦੀਆਂ ਔਰ ਪੀਰਨੀ ਨੇ ਦੁਬਈ ਦੇ ਵਿੱਚ ਬਹਿ ਕੇ ਇਸ ਖਬਰ ਤੋਂ ਨਜ਼ਰ ਹਟਾਉਣ ਵਾਸਤੇ ਮਰੀਮ ਨਵਾਜ਼ ਦੇ ਮੁੰਡੇ ਦੇ ਖਿਲਾਫ ਇੱਕ ਝੂਠੀ ਕੈਂਪੇਨ ਚਲਵਾ ਦਿੱਤੀ ਕਿ ਉਹ ਗ੍ਰਸਟਾਰ ਹੋ ਗਿਆ ਜੈਲੀ ਡਿਗਰੀ ਹੁਣ ਕੈਮਰਿਜ ਯੂਨੀਵਰਸਿਟੀ ਦੇ ਵਿੱਚੋਂ ਜੈਲੀ ਡਿਗਰੀ ਮਿਲ ਸਕਦੀ ਹੈ ਕਿਸੇ ਨੂੰ ਔਰ ਬੰਦਾ ਉੱਥੇ ਹੋਵੇ ਮਸ਼ਹੂਰੋ ਮਾਰੂਫ ਤੇ ਪੋਲੋ ਦੀ ਟੀਮ ਦਾ ਹੋਵੇ ਕਪਤਾਨ ਤੇ ਕਈ 골ਡ ਕੱਪ ਜਿੱਤ ਚੁੱਕਿਆ ਹੋਵੇ ਤੇ ਕਿਆ ਉਹਦੇ ਬਾਰੇ ਕੋਈ ਗੱਲ ਕਰ ਸਕਦਾ ਹੈ ਕਿ ਉਹਦੀ ਕੈਮਬ੍ਰਿਜ ਯੂਨੀਵਰਸਿਟੀ ਨੇ ਉਹਨੂੰ ਜੈਲੀ ਡਿਗਰੀ ਦਿੱਤੀ ਹੈ ਉਸ ਤੋਂ ਬਾਅਦ ਸਾਬਰ ਸ਼ਾਕਰ ਸ਼ੁਰੂ ਹੋ ਗਏ ਹੁਣ ਸਾਬਰ ਸ਼ਾਕਰ ਜਿਹੜਾ 라ਵਲ ਪਿੰਡੀ ਦੇ ਪਾਰਕਾਂ ਦੇ ਵਿੱਚ ਅੱਜ ਤੋਂ 20 ਸਾਲ ਪਹਿਲੇ ਉਹ ਜਿਹੜੇ ਚਾਰ ਤੇਲ ਨਹੀਂ ਸੀ ਹੁੰਦੇ ਉਹ ਲੈ ਕੇ ਮਾਲਿਸ਼ ਕਰਦਾ ਸੀ ਤੇ ਫਿਰ ਇੱਕ ਸਾਡੇ ਜਾਣਨ ਵਾਲੇ ਨੇ ਅਫਸਰ ਸੀ ਉਹ ਇਹਨੂੰ ਫੜ ਕੇ ਹੋਟਲੇ ਚ ਲੈ ਗਿਆ ਕਿਸੇ 5 ਸਟਾਰ ਚ ਉੱਥੇ ਵੇਟਰ ਰੱਖਿਆ ਔਰ ਉੱਥੋਂ ਹੀ ਫਿਰ ਕੋਈ ਚੁੱਕ ਕੇ ਤੇ ਏਆਰਵਾਈ ਤੇ ਲੈ ਗਿਆ ਸਹਾਫੀ ਬਣਾ ਦਿੱਤਾ ਇਹਨੇ ਵੀ ਫਿਰ ਉਹ ਟ੍ਰੈਂਡ ਚਲਾਇਆ ਫਿਰ ਜ਼ਫਰ ਹਲਾਲੀ ਜਿਹੜਾ ਉਹਦੇ ਨਾਲ ਜਦੋਂ ਅਸੀਂ ਰਾਬਤਾ ਕੀਤਾ ਮੈਂ ਕਿਹਾ ਬੁੱਢਿਆ ਐ ਕਿ ਕਿਤੇ ਆਂਦਾ ਕਿ ਮੈਂ ਡਿਲੀਟ ਕਰ ਦਿੱਤੀ ਹੈ ਮੈਨੂੰ ਗਲਤ ਇਨਫਾਰਮੇਸ਼ਨ ਪੀਰਨੀ ਨੇ ਦਿੱਤੀ ਹੈ ਉਹ ਨਸ ਗਿਆ ਡਿਲੀਟ ਕਰਕੇ ਜਿੱਥੋਂ ਨੇ ਉਹ ਫਿਤਨਾ ਸ਼ੁਰੂ ਕੀਤਾ ਸੀ ਤੇ ਇਹ ਜਨਾਬ ਦੋ ਖਬਰਾਂ ਸਨ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਮਿੱਠਾ ਜੀ ਕਿ ਪੀਰਨੀ ਦੇ ਮੁੰਡਿਆਂ ਦੀਆਂ ਗੱਡੀਆਂ ਫੜੀਆਂ ਗਈਆਂ ਕਸਟਮ ਵਾਲੀਆਂ ਫੜ ਲਈਆਂ ਜਿਹੜੀਆਂ ਨਿਆਜ਼ੀ ਦੇ ਦੌਰ ਦੇ ਵਿੱਚ ਉਹਨੇ ਮੁਫਤ ਮੰਗਾਈਆਂ ਸੀ ਕਸਟਮ ਨਾ ਪੇ ਕਰਕੇ ਤੇ ਇਹਨੂੰ ਫਿਰ ਜੋੜ ਦਿੱਤਾ ਬਈ ਇਹ ਇਹਦਾ ਉਲਟ ਹੋਣ ਕੁਝ ਕੱਢੀਏ ਜੇ ਇਧਰ ਨਜ਼ਰ ਨਾ ਪਵੇ ਤੇ ਉਹ ਫਿਰ ਜੁਨੇਦ ਸਫਤਰ ਦੇ ਬਾਰੇ ਝੂਠੀ ਖਬਰ ਜਿਹੜੀ ਉਹ ਫਲਾ ਦਿੱਤੀ ਨਾ ਹੀ ਉਹਦੀ ਕੋਈ ਗ੍ਰਿਫਤਾਰੀ ਹੋਈ ਹੈ ਤੇ ਨਾ ਹੀ ਉਹਦੀ ਕੋਈ ਜੇਲੀ ਡਿਗਰੀ ਹੈ ਤੇ ਮਾਈ ਦੇ ਮੁੰਡੇ ਜਿਹੜੇ ਨੇ ਗੱਡੀਆਂ ਸਮੇਤ ਫੜੇ ਗਏ ਜੀ ਬਹੁਤ ਸ਼ੁਕਰੀਆ